ਏ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਣਾਇਆ ਏ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਗੁਰੂ ਸੁਣਾਇਆ ਕਹਿ ਨਾਨਕ ਸ਼ਬਦ ਸੋਹਿਲ ਸਤ ਗੁਰੂ ਸੁਨਾਇਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਜੀ ਸਭ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਪਵਿੱਤਰ ਫਤੇ ਨਾਲ ਸੰਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਜਗਤ ਪ੍ਰਸਿੱਧ ਰਚਨਾ ਅਨੰਦ ਸਾਹਿਬ ਦੀ ਪਾਵਨ ਬਾਣੀ ਦੀ ਆਪ ਜੀ ਨੇ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਇਸ ਪੌੜੀ ਦੇ ਵਿੱਚ ਸਤਿਗੁਰੂ ਨੇ ਗੁਰੂ ਦੇ ਸ਼ਬਦ ਦੀ ਤੁਲਨਾ ਸੋਹਿਲਾ ਸ਼ਬਦ ਦੇ ਨਾਲ ਕੀਤੀ ਹੈ ਸੋਹਿਲਾ ਭਾਵ ਸੁਹਾਗ ਦਾ ਗੀਤ ਖੁਸ਼ੀ ਦਾ ਗੀਤ ਆਨੰਦ ਦਾ ਗੀਤ ਜਿਸ ਟਾਈਮ ਕਿਸੇ ਇਨਸਾਨ ਦੀ ਮੌਤ ਹੋਵੇ ਤਾਂ ਮੌਤ ਦੇ ਟਾਈਮ ਜਦੋਂ ਉਸ ਬੰਦੇ ਦੀ ਬਾਡੀ ਸ਼ਮਸ਼ਾਨ ਘਾਟ ਦੇ ਵਿੱਚ ਸੜ ਰਹੀ ਹੁੰਦੀ ਹੈ ਅਗਣ ਪੇਟ ਕੀਤੀ ਜਾ ਰਹੀ ਹੁੰਦੀ ਹੈ ਤਉ ਉਸ ਟੈਮ ਗੁਰੂ ਕੇ ਪਿਆਰੇ ਰਾਲ ਮਿਲ ਕੇ 16 ਸਬ ਦਾ ਪਾਠ ਕਰਦੇ ਆ। ਇਹ ਉਸ ਚੀਜ਼ ਦਾ ਪ੍ਰਤੀਕ ਹੈ ਕਿ ਬੰਦੇ ਜਦੋਂ ਤੇਰੀ ਇਹ ਜੀਵਨ ਯਾਤਰਾ ਖਤਮ ਹੋਏ ਤੇ ਤਦ ਵੀ ਤੂੰ ਆਤਮਕ ਆਨੰਦ ਵਿੱਚ ਹੋਵੇਂ। ਤਦ ਵੀ ਤੂੰ ਖੁਸ਼ੀ ਦੇ ਗੀਤ ਗਾਵੇਂ। ਤਦ ਵੀ ਤੇਰੇ ਅੱਖਾਂ 'ਚ ਰੋਣ ਨਾ ਹੋਵੇ। ਤੂੰ ਵਾਹਿਗੁਰੂ ਦਾ ਧੰਨਵਾਦ ਹੀ ਕਰੇ ਕਿ ਜੀਵਨ ਵਾਹਿਗੁਰੂ ਤੇਰੇ ਲੇਖੇ ਲੱਗ ਜਾਏ। ਬਸ ਇੰਨਾ ਹੀ ਚਾਹੀਦਾ ਹੋਰ ਕੁਝ ਵੀ ਨਹੀਂ। ਗੁਰੂ ਅਮਰਦਾਸ ਸਾਹਿਬ ਨੇ ਆਖਿਆ ਗੁਰੂ ਦਾ ਸ਼ਬਦ ਸੁਹਾਗ ਦਾ ਗੀਤ ਹੈ। ਗੁਰੂ ਦਾ ਸ਼ਬਦ ਸੱਚੀ ਖੁਸ਼ੀ ਦੇਣ ਵਾਲਾ ਹੈ ਗੁਰੂ ਦਾ ਸ਼ਬਦ ਆਨੰਦ ਦਾ ਦਾਤਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਕੇ ਜੀਵਨ ਵਿੱਚ ਖੁਸ਼ੀ ਮਿਲਦੀ ਹੈ ਜੀਵਨ ਵਿੱਚੋਂ ਦੁੱਖ ਨਿਕਲਦੇ ਨੇ ਜੀਵਨ ਵਿੱਚੋਂ ਕਸ਼ਟ ਨਿਕਲਦੇ ਹੈ ਜੀਵਨ ਵਿੱਚੋਂ ਕਲੇਸ਼ ਨਿਕਲਦੇ ਕਿਉਂਕਿ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਸਾਨੂੰ ਜ਼ਿੰਦਗੀ ਜੀਉਣ ਦਾ ਇੱਕ ਸੱਚਾ ਰਸਤਾ ਦੱਸਦਾ ਹੈ ਸਾਨੂੰ ਸਮਝ ਦਿੰਦਾ ਹੈ ਸਾਨੂੰ ਚੰਗੇ ਮਾੜੇ ਦੀ ਪਹਿਚਾਨ ਕਰਾਉਂਦਾ ਹੈ ਸਾਡੇ ਜੀਵਨ ਦੇ ਵਿੱਚ ਹੁਲਾਰੇ ਪੈਦਾ ਕਰਦਾ ਹੈ ਆਤਮਿਕ ਆਨੰਦ ਪੈਦਾ ਕਰਦਾ ਹੈ ਇਕ ਉਹ ਖੁਸ਼ੀ ਪੈਦਾ ਕਰਦਾ ਹੈ ਜਿਹੜੀ ਖੁਸ਼ੀ ਕਦੇ ਖਤਮ ਨਾ ਹੋਵੇ ਜਿਹੜੀ ਖੁਸ਼ੀ ਕਦੇ ਮਿਟੇ ਨਾ ਜਿਹੜੀ ਖੁਸ਼ੀ ਕਦੇ ਕਿਸੇ ਪਾਸੇ ਨਾ ਜਾਵੇ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਇਹ ਸੋਹਿਲਾ ਸ਼ਬਦ ਸੁਹਾਵਾ ਗੁਰੂ ਦਾ ਜਿਹੜਾ ਪਿਆਰਾ ਸ਼ਬਦ ਹੈ ਸੋਹਣਾ ਸ਼ਬਦ ਹੈ ਇਹ ਆਤਮਿਕ ਆਨੰਦ ਦੇਣ ਵਾਲਾ ਗੀਤ ਹੈ ਸੋਹਿਲਾ ਹੈ ਆਤਮਿਕ ਆਨੰਦ ਦੇਣ ਵਾਲਾ ਗੀਤ ਹੈ ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਤੁਰ ਅੰਦਰ ਵਸਾਉਣਾ ਗੁਰੂ ਦੀ ਡਾਇਰੈਕਸ਼ਨ ਮੁਤਾਬਕ ਤੁਰਦਾ ਗੁਰੂ ਦੇ ਦੱਸੇ ਦੱਸੇ ਹੋਏ ਰਾਹ ਉੱਤੇ ਤੁਰਦਾ ਤਾਂ ਮੇਰੇ ਅੰਦਰ ਸੱਚੀ ਖੁਸ਼ੀ ਪੈਦਾ ਹੁੰਦੀ ਹੈ ਮੇਰੇ ਅੰਦਰ ਆਨੰਦ ਪੈਦਾ ਹੁੰਦਾ ਹੈ ਮੈਨੂੰ ਦੁਨੀਆਦਾਰੀ ਦੀ ਸਮਝ ਲੱਗਦੀ ਹੈ ਮੈਂ ਜਿੱਥੇ ਭਟਕਦਾ ਸੀ ਮੈਂ ਉੱਥੇ ਹੁਣ ਭਟਕਦਾ ਨਹੀਂ ਭਟਕਣਾ ਛੱਡ ਦਿੱਤਾ ਮੈਂ ਮੈਂ ਜਿੱਥੇ ਦਰਦਾ ਦੇ ਤੱਕੇ ਖਾਂਦਾ ਸਾਂ ਛੱਡ ਦਿੱਤੇ ਮੈਂ ਮੈਂ ਜਿੱਥੇ ਲੋਕਾਂ ਦੇ ਪੈਰਾਂ ਦੀ ਧੂੜ ਬਣਿਆ ਹੋਇਆ ਸੀ ਉਹ ਮੈਂ ਛੱਡ ਦਿੱਤੀ ਹੈ ਹੁਣ ਤਾਂ ਮੈਨੂੰ ਗੁਰੂ ਨੇ ਇੱਜ਼ਤ ਨਾਲ ਜੂਣਾ ਸਿਖਾ ਦਿੱਤਾ ਗੁਰੂ ਨੇ ਸੱਚ ਦਾ ਰਸਤਾ ਦੇ ਦਿੱਤਾ ਗੁਰੂ ਦੇ ਬੋਲ ਅੰਮ੍ਰਿਤ ਨੇ ਗੁਰੂ ਦੇ ਬੋਲ ਅੰਮ੍ਰਿਤ ਹੈ ਗੁਰੂ ਦੇ ਬੋਲ ਜੀਵਨ ਦਾਣ ਦਿੰਦੇ ਹੈ ਜਦੋਂ ਅਸੀਂ ਗੁਰੂ ਮੁਤਾਬਕ ਤੁਰਦੇ ਹਾਂ ਗੁਰੂ ਆਪਣੇ ਆਪ ਉੱਚਾ ਚੁੱਕ ਦਿੰਦਾ ਹੈ ਬਸ ਗੁਰੂ ਦੇ ਮੁਤਾਬਕ ਤੁਰਨਾ ਇਨਸਾਨ ਨੂੰ ਆਉਣਾ ਚਾਹੀਦਾ ਹੈ ਗੁਰੂ ਦਾ ਸ਼ਬਦ ਇੱਕ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਸ਼ਬਦ ਪੜ੍ਹ ਲਓ ਕਿਉਂਕਿ ਇੱਥੇ ਮਤਲਬ ਹੈ ਸਿੱਖਿਆ ਗੁਰੂ ਦੀ ਸਿੱਖਿਆ ਆਤਮਿਕ ਆਨੰਦ ਦਿੰਦੀ ਹੈ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਬਚਨ ਇੱਕ ਇੱਕ ਸ਼ਬਦ ਜੀਵਨ ਨੂੰ ਉੱਚਿਆਂ ਚੁੱਕਦਾ ਹੈ ਉੱਚਿਆਂ ਉੱਚਿਆਂ ਲੈ ਕੇ ਜਾਂਦਾ ਹੈ ਇਨਸਾਨ ਜਿੱਥੇ ਗਿਰਿਆ ਹੋਇਆ ਹੈ ਨਾ ਚਿੱਕੜ ਵਿੱਚ ਗਿਰਿਆ ਮੋਹ ਮਾਇਆ ਦੇ ਵਕਾਰਾਂ ਦੇ ਬੁਰਾਈ ਦੇ ਬਹੁਤ ਜ਼ਿਆਦਾ ਚਿੱਕੜ ਇਨਸਾਨ ਪੈਦਾ ਕਰਦਾ ਹੈ ਆਪਣੀ ਲਾਈਫ ਦੇ ਵਿੱਚ ਉਸ ਚਿੱਕੜ ਦੇ ਵਿੱਚੋਂ ਗੁਰੂ ਦਾ ਸ਼ਬਦ ਹੀ ਉਤਾਂ ਚੁੱਕਦਾ ਹੈ ਉਤਾਂ ਲੈ ਕੇ ਜਾਂਦਾ ਮੈਂ ਕੱਲ ਦੀ ਵੀਡੀਓ 'ਚ ਇੱਕ ਗੱਲ ਕਹੀ ਸੀ ਕਿ ਕਦੇ ਵੀ ਕਿਸੇ ਲਈ ਖੂ ਨਾ ਪਟੋ ਕਿਉਂਕਿ ਕਿਸੇ ਲਈ ਖੂ ਪਟਣ ਵਾਲੇ ਬੰਦੇ ਨੂੰ ਮੇਰਾ ਇਹ ਸੁਣਿਆ ਸੰਦੇਸ਼ ਹੈ ਕਿ ਤੂੰ ਮੇਰੇ ਲਈ ਖੂ ਪਟ ਰਿਹਾ ਹੈ ਇੱਕ ਗੱਲ ਯਾਦ ਰੱਖੀ ਜਿਹੜੇ ਖੂਹ ਨੂੰ ਤੂੰ ਪਟ ਪਟ ਰਿਹਾ ਹੈ ਨਾ ਕਿ ਤੇਰਾ ਨੁਕਸਾਨ ਕਰਾਂਗਾ ਬੰਦੇ ਇੱਕ ਦਿਨ ਆਏਗਾ ਉਸੇ ਹੀ ਖੂਹ ਦੇ ਵਿੱਚ ਪੈ ਕੇ ਤੂੰ ਮਰੇਗਾ ਇਹ ਬੰਦੇ ਨੂੰ ਯਾਦ ਹੋਣਾ ਚਾਹੀਦਾ ਅਸੀਂ ਬਹੁਤ ਮਾਰੀ ਜ਼ਿੰਦਗੀ ਜਿਉਂਨੇ ਆ ਮਾਰੀ ਲਾਈਫ ਜਿਉਂਨੇ ਆ ਪਰਮਾਤਮਾ ਨੇ ਸਾਨੂੰ ਇਸ ਲਈ ਦੁਨੀਆ 'ਚ ਨਹੀਂ ਭਿਜਿਆ ਇਸ ਸ਼ਬਦ ਵਿੱਚ ਸਤਿਗੁਰੂ ਨੇ ਇੱਕ ਗੱਲ ਕਹੀ ਹੈ ਕਿ ਜਿਹਨੂੰ ਧਰੋਂ ਲਿਖਿਆ ਆਇਆ ਉਹਨਾਂ ਨੂੰ ਇਸ ਸ਼ਬਦ ਦੀ ਸੋਝੀ ਪ੍ਰਾਪਤ ਹੁੰਦੀ ਹੈ ਤੁਰੂ ਕੀ ਹੈ ਤੁਰ ਕੀ ਹੈ ਤੁਰ ਦਾ ਮਤਲਬ ਕਿਤੇ ਇਹ ਵੀ ਸਤਵੇਂ ਆਕਾਸ਼ 'ਚ ਰੱਬ ਬੈਠਾ ਤੇ ਉੱਥੇ ਉਹ ਲੇਖ ਲਿਖਦਾ ਤੇ ਉਹਨਾਂ ਲੇਖਾਂ ਮੁਤਾਬਕ ਸਾਡੀ ਜ਼ਿੰਦਗੀ ਢਲਦੀ ਨਹੀਂ ਰੱਬ ਸਾਡੇ ਅੰਦਰ ਬੈਠਾ ਹੈ ਸਾਡੇ ਸੰਸਕਾਰ ਆਪਣੇ ਆਪ ਹੀ ਰੋਜ਼ਾਨਾ ਬਣਦੇ ਨੇ ਤੁਰ ਹੈ ਪਰਮਾਤਮਾ ਦਾ ਹਿਰਦਾ ਜਿੱਥੇ ਰੱਬ ਰਹਿੰਦਾ ਉਹ ਹਿਰਦਾ ਸਾਡੇ ਅੰਦਰ ਹੈ ਆਪਾਂ ਉਸ ਤੁਰ ਦੇ ਨਾਲ ਕਨੈਕਟ ਕਦੋਂ ਆ ਆਪਾਂ ਉਸ ਤੁਰ ਦੇ ਨਾਲ ਜੁੜੇ ਕਦੋਂ ਆ ਬਾਣੀ ਪੜਦੇ ਬਾ ਤੁਰ ਕੀ ਬਾਣੀ ਆਈ ਕਿਹੜੀ ਬਾਣੀ ਆ ਤੁਰ ਤੁਰਦੀ ਬਾਣੀ ਹੈ ਤੁਰ ਕੋਣੇ ਨਿਰੰਕਾਰ ਹੈ ਤਿੰਨ ਸਗੜੀ ਚਿੰਤ ਮਟਾਈ ਚਿੰਤਾ ਉਸ ਦਿਨ ਮਿਟਦੀ ਹੈ ਜਿੱਦਨ ਉਹ ਤੁਰਾ ਸਾਨੂੰ ਮਿਲ ਜਾਏ ਤੇ ਤੁਰੇ ਤੋਂ ਬਿਗੈਰ ਕਦੇ ਕੁਝ ਮਿਲਦਾ ਨਹੀਂ ਜਿਹੜੀ ਚੀਜ਼ ਆਪਣੀ ਤੁਰ ਦੇ ਆਲੇ ਦੁਆਲੇ ਘੁੰਮਦੀ ਹੈ ਨਾ ਜਦੋਂ ਆਪਾਂ ਬੱਚਿਆਂ ਦੇ ਵਿਆਹ ਕਰਦੇ ਆ ਬੱਚਿਆਂ ਦੇ ਆਨੰਦ ਕਾਰਜ ਵਕਤ ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਆਸ-ਪਾਸੇ ਕਿਉਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡਾ ਤੁਰ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਤੁਰਾ ਹੈ ਇਸ ਤੁਰੇ ਦੇ ਆਸ-ਪਾਸੇ ਆਪਾਂ ਰਹਿਣਾ ਜਿਹੜੀਆਂ ਗੱਡੀਆਂ ਦੇ ਤੁਰੇ ਖਤਮ ਹੋ ਜਾਂਦੇ ਨੇ ਉਹ ਕਖੜੀਆਂ ਕਖੜੀਆਂ ਉਹਨਾਂ ਦੀ ਉੜ ਜਾਂਦੀਆਂ ਨੇ ਜਿਹੜੇ ਪਰਿਵਾਰ ਦਾ ਧੁਰਾ ਖਤਮ ਹੋ ਜਾਏ ਧੁਰਾ ਕਿੰਦਾ ਪਰਿਵਾਰ ਦਾ ਬਜ਼ੁਰਗ ਬਜ਼ੁਰਗ ਪਰਿਵਾਰ ਦਾ ਧੁਰਾ ਹੁੰਦੇ ਨੇ ਤੇ ਜਦੋਂ ਉਹਨਾਂ ਬਜ਼ੁਰਗਾਂ ਨੂੰ ਅਸੀਂ ਜੁੱਤੀ ਦੇ ਸਮਾਨ ਜਣਾਣਾ ਸ਼ੁਰੂ ਕਰ ਦਿੰਨੇ ਆ ਉਹ ਪਰਿਵਾਰ ਉਜੜ ਜਾਂਦੇ ਆ ਉਹ ਪਰਿਵਾਰ ਕਦੇ ਇਕਤਾ ਦੇ ਵਿੱਚ ਨਹੀਂ ਬਚੇ ਰਹਿੰਦੇ ਯਾਦ ਰੱਖਿਓ ਇਸੇ ਤਰ੍ਹਾਂ ਸਿੱਖੀ ਦਾ ਧੁਰਾ ਹੈ ਗੁਰੂ ਗ੍ਰੰਥ ਸਾਹਿਬ ਸਿੱਖੀ ਦਾ ਧੁਰਾ ਹੈ ੴ ਸਿੱਖੀ ਦਾ ਧੁਰਾ ਗੁਰੂ ਦਾ ਸ਼ਬਦ ਆਪਾਂ ਜਦੋਂ ਸੇਖ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਧੁਰਾਣਾ ਸਮਝਾਂਗੇ ਆਸੇ-ਪਾਸੇ ਟੱਕਰਾਂ ਮਾਰਾਂਗੇ ਤੇ ਇੱਕ ਦਿਨ ਆਏਗਾ ਜਿਸ ਦਿਨ ਆਪਾਂ ਖਖੜੀ-ਕਖੜੀ ਹੋ ਕੇ ਉੱਡ ਜਾਵਾਂਗੇ ਸਾਡੇ ਚ ਇਕਤਾ ਨਹੀਂ ਰਹੇਗੀ ਪਿਆਰ ਨਹੀਂ ਰਹੇਗਾ ਅੱਜ ਕਲਪਨਾ ਕਿਦੋਂ ਕਿਉਂ ਆ ਸਾਡੇ ਘਰਾਂ ਚ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦਾ ਇੱਕ ਸਥਾਨ ਸਮਝ ਲਿਆ ਪੂਜਾ ਦਾ ਸਿਰਫ ਪੂਜਣਾ ਚੰਗੇ ਰਮਹਲੇ ਦੌਣੇ ਆ ਵਧੀਆ-ਵਧੀਆ ਆਪਾਂ ਸਮਾਗਮ ਕਰਾਉਣੇ ਆ ਸ਼ਾਨੋ-ਸ਼ੌਕਤ ਕਰਨੀ ਪਰ ਉਹਦੇ ਵਿੱਚ ਕੀ ਲਿਖਿਆ ਉਹਦੇ ਵਾਲਾ ਪਤਾ ਨਹੀਂ ਦੇਣਾ ਇੱਥੇ ਸਾਰੀ ਪ੍ਰੋਬਲਮ ਖੜੀ ਹੁੰਦੀ ਜਦੋਂ ਸਾਡੇ ਗੁਰਸਿੱਖ ਘਰਾਂ ਦੇ ਵਿੱਚ ਜਪਜੀ ਸਾਹਿਬ ਨਹੀਂ ਹੈ ਗੁਰਸਿੱਖ ਘਰਾਂ 'ਚ ਗੁਰੂ ਦੀ ਬਾਣੀ ਨਹੀਂ ਹੈ ਤੇ ਸਾਡੇ ਬੱਚੇ ਆਪਣੇ ਧੁਰੇ ਤੋਂ ਖਤਮ ਹੁੰਦੇ ਜਾਣਗੇ ਤੇ ਬੱਚਿਆਂ ਨੇ ਕੱਲ ਨੂੰ ਰਸਾਈ ਨਹੀਂ ਬੰਨਣਾ ਤੇ ਹੋਰ ਕੀ ਬੰਨਣਾ ਬੱਚਿਆਂ ਨੇ ਕੱਲ ਨੂੰ ਕੇਸ ਨਹੀਂ ਕਟਾਉਣੇ ਹੋਰ ਕੀ ਕਟਾਉਣੇ ਜਦੋਂ ਆਪਾਂ ਕਿਸੇ ਨੂੰ ਸਵਾਲ ਕਰ ਦਈਏ ਕਿ ਪਿਆਰਿਆ ਤੂੰ ਗੁਰੂ ਦੇ ਬਾਣੇ ਵਿੱਚ ਆ ਜਾ ਅਗਲਾ ਬੰਦਾ ਤੁਹਾਨੂੰ 3600 ਗੱਲਾਂ ਸੁਣਾ ਦੇਗਾ ਕਹੇਗਾ ਵੀ ਸਾਹ ਪਤਾ ਬਿਜ਼ਨਸਮੈਨ ਆ ਜੀ ਅਸੀਂ ਜੀ ਆ ਕੰਮ ਕਰਦੇ ਆ ਅਸੀਂ ਤਾਂ ਸਿੱਕੀ ਦੇ ਪਹਿਰਾਵੇ ਵਿੱਚ ਨਹੀਂ ਆ ਸਕਦੇ ਇਹੋ ਜਿਹੇ ਲੋਕ ਹੀ ਨੁਕਸਾਨ ਕਰਦੇ ਆ ਕੌਮ ਦਾ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਲੋੜ ਐ ਇਹ ਲੋਕ ਕੀੜੇ ਐ ਗੰਦਗੀ ਦੇ ਜਿਹੜੇ ਆਪ ਬੁਰੀਆਈ ਦੇ ਪਾਸੇ ਤੁਰਦੇ ਆ ਤੇ ਦੂਸਰਿਆਂ ਦਾ ਨੁਕਸਾਨ ਕਰਦੇ ਆ ਗੱਲ ਸਮਝਣ ਵਾਲੀ ਐ ਜੇ ਸਮਝ ਜਾਓਗੇ ਤੇ ਜੀਵਨ ਉੱਚਾ ਜਾਣਾ ਸ਼ਬਦ ਉਹ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਗੁਰੂ ਦਾ ਜਿਹੜਾ ਸ਼ਬਦ ਐ ਇਹ ਜਿਹੜਾ ਗੁਰੂ ਸ਼ਬਦ ਸੁਣਾਉਂਦਾ ਐ ਇਹ ਬੜਾ ਸੋਹਣਾ ਹੈ ਇਹ ਆਤਮਿਕ ਜੀਵਨ ਦਿੰਦਾ ਹੈ ਉੱਚਾ ਚੁੱਕਦਾ ਹੈ ਪਰ ਕਿੰਨੇ ਕੁ ਐ ਇੱਥੇ ਜਿਨ੍ਹਾਂ ਨੂੰ ਆਤਮਿਕ ਆਨੰਦ ਚਾਹੀਦਾ ਹੈ ਕਿੰਨਾਂ ਨੂੰ ਚਾਹੀਦਾ ਆਤਮਿਕ ਆਨੰਦ ਆਪਾਂ ਤਾਂ ਜ਼ਿਆਦਾਤਰ ਖੁਸ਼ੀ ਬਾਹਰ ਦੀ ਭਾਲਦੇ ਆ ਬਾਹਰ ਦੀ ਖੁਸ਼ੀ ਆਪਾਂ ਅੰਦਰ ਦੀ ਖੁਸ਼ੀ ਕਿੱਥੇ ਭਾਲਦੇ ਆ ਸਾਨੂੰ ਅੰਦਰ ਦੀ ਖੁਸ਼ੀ ਨਾਲ ਤਾਲੁਕਤ ਨਹੀਂ ਹੈ ਮਤਲਬ ਨਹੀਂ ਹੈ ਪਰ ਅੰਦਰ ਦੀ ਖੁਸ਼ੀ ਹੋਵੇਗੀ ਤਾਹੀਂ ਬਾਹਰ ਦੀ ਖੁਸ਼ੀ ਹੋਣੀ ਆਪਾਂ ਇਹ ਸੋਚਦੇ ਆ ਮੈਂ ਬਾਹਰ ਸੁਖੀ ਹੋ ਜਾਵਾਂ ਮੈਂ ਬਾਹਰ ਖੁਸ਼ ਹੋ ਜਾਵਾਂ ਓਏ ਕਮਲਿਆ ਬਾਹਰ ਦੀ ਖੁਸ਼ੀ ਤੇਰੇ ਅੰਦਰ ਨੂੰ ਜਾਲੇਗੀ ਸਾੜੇਗੀ ਪਰ ਜਿਸ ਦਿਨ ਤੂੰ ਅੰਦਰੋਂ ਖੁਸ਼ ਹੋ ਗਿਆ ਨਾ ਉਸ ਦਿਨ ਤੂੰ ਦੇਖੀ ਤੇਰਾ ਜੀਵਨ ਕਿੰਨਾ ਉੱਚਾ ਹੁੰਦਾ ਪਰ ਇੱਥੇ ਪ੍ਰੋਬਲਮ ਸਾਡੀ ਇਹ ਹੈ ਕਿ ਅਸੀਂ ਆ ਜਿਹੜਾ ਬੁੱਲਾ ਦਾ ਹਾਸਾ ਹੈ ਨਾ ਇਹਦੀ ਪਹਿਚਾਣ ਨਹੀਂ ਕਰ ਪਾਰੇ ਅੱਜ ਦੇ ਕਮਲੇ ਬੰਦੇ ਨੂੰ ਇਹ ਮੌਤ ਭੁੱਲ ਚੁੱਕੀ ਹੈ ਬੰਦਾ ਮੌਤ ਭੁੱਲ ਚੁੱਕਿਆ ਆਪਣੀ ਬੰਦੇ ਨੂੰ ਆਪਣੀ ਮੌਤ ਯਾਦ ਨਹੀਂ ਤਾਹੀ ਬੰਦਾ ਮੰਦ ਕੰਮ ਕਰਦਾ ਮਾਰੇ ਕੰਮ ਕਰਦਾ ਪੁੱਠੇ ਪਾਸੇ ਤੁਰਦਾ ਉਹਨੂੰ ਇਹ ਸਮਝ ਨਹੀਂ ਕਮਲੇ ਬੰਦੇ ਜਿਸ ਦਿਨ ਨਿਰੰਕਾਰ ਨੇ ਤੈਨੂੰ ਬਣਾਇਆ ਸੀ ਨਾ ਉਸ ਦਿਨ ਮੌਤ ਵੀ ਬਣਾ ਦਿੱਤੀ ਸੀ ਠੀਕ ਹੈ ਤੇ ਮਰਨ ਤੋਂ ਪਹਿਲਾਂ ਪਹਿਲਾਂ ਕੋਈ ਐਸੇ ਨੇਕ ਕੰਮ ਕਰਕੇ ਜਾ ਜਦੋਂ ਤੂੰ ਮਰੇ ਲੋਕ ਕਮਸ ਕਮ ਕਹਿਣ ਤੈਨੂੰ ਉਹ ਕੋਈ ਚੰਗੇ ਕੰਮ ਕਰਕੇ ਗਿਆ ਕੀ ਇਹ ਘਰ ਦੀ ਚਾਰਦੀਵਾਰੀ ਦੇ ਆਸ-ਪਾਸੇ ਭਟਕਦਾ ਫਿਰਦਾ ਦੂਜਿਆਂ ਲਈ ਕੀ ਕੀਤਾ ਤੂੰ ਸੰਸਾਰ ਲਈ ਕੀ ਕੀਤਾ ਕੁਝ ਵੀ ਨਹੀਂ ਜੇ ਚੰਗਾ ਨਹੀਂ ਕਰ ਸਕਦਾ ਸੀ ਤਾਂ ਮਾੜਾ ਵੀ ਕਿਉਂ ਕਰਦਾ ਮੂਰਖ ਬੰਦੇ ਕਿਉਂ ਮਾੜਾ ਕਰਦਾ ਕਿਉਂ ਆਪਣੇ ਪੈਰਾਂ ਦੇ ਵਿੱਚ ਕੰਡੇ ਵਿਛਾ ਰਿਆਂ ਸਤਿਗੁਰ ਨੇ ਕਿਹਾ ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆ ਇਹ ਗੁਰੂ ਦੇ ਸ਼ਬਦ ਦੀ ਸੋਝੀ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਜਿਨ੍ਹਾਂ ਦੀ ਲਿਖਤ ਧੁਰ ਤੋਂ ਮਾਲਕ ਲਿਖਦਈ ਭਾਵ ਜਿਨ੍ਹਾਂ ਦੇ ਚੰਗੇ ਸੰਸਕਾਰ ਗੁਰੂ ਬਣਾ ਦਈ ਗੁਰੂ ਕਿਦਾਂ ਚੰਗੇ ਸੰਸਕਾਰ ਬਣਾਏਗਾ ਜਦੋਂ ਆਪਾਂ ਗੁਰੂ ਦੇ ਦਰਵਾਜ਼ੇ ਉੱਤੇ ਖੜੇ ਹੋਵਾਂਗੇ ਜਦੋਂ ਗੁਰੂ ਨੂੰ ਸੁਣਾਗੇ ਜਦੋਂ ਗੁਰੂ ਨੂੰ ਫੋਲੋ ਕਰਾਂਗੇ ਜੇ ਆਪਾਂ ਗੁਰੂ ਨੂੰ ਸੁਣਾ ਗਏ ਨਾ ਗੁਰੂ ਨੂੰ ਫੋਲੋ ਹੀ ਨਹੀਂ ਕਰਾਂਗੇ ਗੁਰੂ ਦੇ ਮੁਤਾਬਕ ਹੀ ਨਹੀਂ ਤੁਰਾਂਗੇ ਗੁਰੂ ਸਾਡੇ ਚੰਗੇ ਸੰਸਕਾਰ ਕਿਦਾਂ ਲਿਖੇਗਾ ਕਿਦਾਂ ਸਾਡਾ ਜੀਵਨ ਉੱਚਾ ਹੋਏਗਾ ਕਿਦਾਂ ਅਸੀਂ ਗੁਰੂ ਦੇ ਸ਼ਬਦ ਦੇ ਦੀ ਜਿਹੜੀ ਕੀਰਤੈ ਨੂੰ ਸਮਝ ਪਾਵਾਂਗੇ ਨਹੀਂ ਨਹੀਂ ਸਮਝ ਪਾਵਾਂਗੇ ਕਿਉਂਕਿ ਗੁਰੂ ਦੀ ਸਿੱਖਿਆ ਮੁਤਾਬਕ ਤੁਰਨਾ ਔਖਾ ਲੱਗਦਾ ਹੈ ਬਹੁਤ ਸਾਰੇ ਲੋਕਾਂ ਨੂੰ ਲੋਕ ਇਹ ਸਮਝਦੇ ਹੈ ਕਿ ਜੇ ਆਪਾਂ ਗੁਰਮਤਾਪਕ ਤੁਰਨਾ ਸ਼ੁਰੂ ਕਰ ਦਿੱਤਾ ਤੇ ਦੁਨੀਆ ਛੁੱਟ ਜਾਣੀ ਸੰਸਾਰ ਛੁੱਟ ਜਾਣਾ ਸੰਸਾਰ ਦੀ ਪ੍ਰਵਾਹ ਨਾ ਕਰ ਬੰਦੇ ਇਹ ਦੁਨੀਆ ਕਦੇ ਕਿਸੇ ਦੀ ਨਹੀਂ ਹੋਈ ਦੁਨੀਆ ਕਦੇ ਕਿਸੇ ਦੀ ਨਹੀਂ ਹੋਈ ਇਹ ਤਾਂ ਦੁਨੀਆ ਦੇ ਬਾਰੇ ਮੈਂ ਕਿਹਾ ਕਰਦਾ ਇਹ ਤਾਂ ਸ਼ਰੀਰ ਦੇ ਉੱਤੇ ਲਈ ਹੋਈ ਉਹ ਲੋਈ ਹੈ ਜਦੋਂ ਬਹੁਤ ਤੇਜ਼ ਹਵਾ ਆਵੇ ਤਾਂ ਉਹ ਵੀ ਸਾਥ ਛੱਡਣ ਨੂੰ ਪੈਂਦੀ ਹੈ ਇਹ ਤਾਂ ਉਹ ਖੁਸ਼ਬੂਈ ਹੈ ਜਿਹੜੀ ਫੁੱਲ ਟਾਣੀ ਨਾਲ ਟੁੱਟਣ ਤੋਂ ਬਾਅਦ ਸਾਥ ਛੱਡ ਜਾਂਦੀ ਇਹ ਦੁਨੀਆ ਦੀ ਪ੍ਰਵਾਹ ਨਾ ਕਰ ਕਿ ਦੁਨੀਆ ਕੀ ਕਹਿੰਦੀ ਜੇ ਤੂੰ ਦੁਨੀਆ ਦੀ ਪ੍ਰਵਾਹ ਛੱਡ ਦੇਂਗਾ ਤੂੰ ਸੱਚਾ ਸੁਖੀ ਹੋਵੇਂਗਾ ਉਸ ਦਿਨ ਤੈਨੂੰ ਜ਼ਿੰਦਗੀ ਦਾ ਸਹੀ ਆਨੰਦ ਮਿਲੇਗਾ ਪਰ ਇਹ ਗੱਲ ਪੱਲੇ ਨਹੀਂ ਸਾਡੇ ਪੈਣੀ ਜੇ ਪੈ ਗਈ ਤਾਂ ਸੁਖੀ ਬਸੋਗੇ ਇੱਕ ਫੇਰੇ ਘਨੇਰੇ ਬਹੁਤ ਸਾਰੇ ਲੋਕ ਤੁਰੇ ਫਿਰਦੇ ਐ ਕਰੇ ਗੱਲਾਂ ਬੜੀਆਂ ਗੱਲਾਂ ਸੁਣਾਉਂਦੇ ਐ ਗੱਲ ਹੀ ਕਿਨੇ ਨਾ ਪਾਇਆ ਪਰ ਆਤਮਿਕ ਆਨੰਦ ਦੀ ਜਿਹੜੀ ਪ੍ਰਾਪਤੀ ਐ ਉਹ ਨਿਹਰੀਆਂ ਗਪੌੜਾ ਨਾਲ ਜਾਂ ਤੇਰੀਆਂ ਗੱਲਾਂ ਦੇ ਨਾਲ ਨਹੀਂ ਹੁੰਦੀ ਹੈ ਗੁਰੂ ਨਾਨਕ ਸਾਹਿਬ ਨੇ ਵੀ yogੀਆਂ ਨੂੰ ਕਿਹਾ ਸੀ yogੀ ਇੱਕ ਗੱਲ ਧਿਆਨ ਨਾਲ ਸੁਣ ਗੱਲ ਨਹੀਂ yog ਤੇਰੀਆਂ ਗੱਲਾਂ ਬੜੀਆਂ ਡੂੰਘੀਆਂ ਪਰ ਤੇਰੀਆਂ ਇਹਨਾਂ ਗੱਲਾਂ ਨਾਲ ਪਰਮਾਤਮਾ ਨਾਲ ਮਿਲਿਆ ਨਹੀਂ ਜਾ ਸਕਦਾ ਉਹਦੇ ਨਾਲ ਕਨੈਕਟ ਨਹੀਂ ਹੋਇਆ ਜਾ ਸਕਦਾ ਮੂਰਖਾ ਆ ਜੋ ਤੂੰ ਪਹਿਰਾਵਾ ਧਾਰਨ ਕੀਤਾ ਹੋਇਆ yog ਨਾ ਖਿੰਥਾ yog ਨਾ ਡੰਡਾ ਹੈ yog ਨਾ ਪਸਮ ਚੜਾਈ ਹੈ yog ਨਾੁੰਦੀ ਮੂੰਡ ਮਡਾਇਆ yog ਨਾ ਸਿੰਘੀ ਵਹੀ ਹੈ ਫਿਰ ਸਤਗੁਰ ਨੇ ਕਿਹਾ ਸੀ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ਗੱਲਿ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਈਐ ਸੋਈ ਜੋ ਵੀ શરીਤੇ ਪਾਏ ਹੋਏ ਕੱਪੜੇ ਪਹਿਰਾਵੇ ਧਾਰਮਕ ਚਿੰਨ ਉਹਨਾਂ ਨਾਲ ਜੋਗ ਨਹੀਂ ਹੁੰਦਾ ਭਾਵ ਰੱਬ ਨਾਲ ਮਿਲਿਆ ਨਹੀਂ ਜਾ ਸਕਦਾ ਜੇ ਇਸ ਦੁਨੀਆ 'ਚ ਰਹਿ ਕੇ ਖੁਦ ਨੂੰ ਦੁਨੀਆ ਤੋਂ ਵੱਖਰਾ ਕਰ ਲੈ ਏਕ ਦ੍ਰਿਸ਼ਟ ਨਾਲ ਸਾਰੇ ਸੰਸਾਰ ਵਿੱਚ ਰੱਬ ਨੂੰ ਦੇਖੇ ਤਾਂ ਤੈਨੂੰ ਉਹ ਪ੍ਰਮਾਤਮਾ ਦੀ ਪ੍ਰਾਪਤੀ ਇੱਥੇ ਹੋ ਜਾਣੀ ਤੈਨੂੰ ਕਿਸੇ ਹਿਮਾਲਿਆ ਪਰਬਤ ਤੇ ਜਾਣ ਦੀ ਲੋੜ ਨਹੀਂ ਕਾਰ-ਬਾਰ ਛੱਡਣ ਦੀ ਲੋੜ ਤੈਨੂੰ ਬਿਲਕੁਲ ਨਹੀਂ ਪੈਣੀ ਸਾਬ ਕਹਿੰਦੇ ਨੇ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਨਾਇਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਐ ਕਿ ਇਹ ਗੁਰੂ ਦਾ ਜਿਹੜਾ ਸ਼ਬਦ ਹੈ ਇਹ ਖੁਸ਼ੀ ਦੇਣ ਵਾਲਾ ਸੱਚੀ ਖੁਸ਼ੀ ਦੇਣ ਵਾਲਾ ਗੀਤ ਹੈ ਆਤਮਿਕ ਆਨੰਦ ਆਤਮਿਕ ਹੁਲਾਰਾ ਦੇਣ ਵਾਲਾ ਗੀਤ ਹੈ ਇਹ ਮੇਰੇ ਗੁਰੂ ਨੇ ਮੈਨੂੰ ਸੁਨਾਇਆ ਮੇਰੇ ਗੁਰੂ ਨੇ ਮੇਰੇ ਅੰਦਰ ਪਾ ਦਿੱਤਾ ਹੈ ਮੈਨੂੰ ਸੱਚ ਦੀ ਪ੍ਰਾਪਤੀ ਹੋ ਗਈ ਮੈਂ ਆਪਣੇ ਗੁਰਮਤਾਪਕ ਤੁਰਨਾ ਸ਼ੁਰੂ ਕਰ ਦਿੱਤਾ ਹੈ ਸਤਗੁਰ ਨੇ ਜਪਜੀ ਸਾਹਿਬ ਵਿੱਚ ਵੀ ਤਾਂ ਉਹ ਕਿਹਾ ਹੈ ਨਾ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਮਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸੈ ਆਦੇਸ਼ ਹਾਤ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਗੁਰੂ ਦੇ ਬਾਤਾਂ ਨੂੰ ਜੀਵਨ ਵਿੱਚ ਧਾਰਨ ਨਾਲ ਮਨ ਜਿੱਤਿਆ ਜਾਂਦਾ ਜਦੋਂ ਮਨ ਜਿੱਤਿਆ ਜਾਏ ਫਿਰ ਦੁਨੀਆ ਨੂੰ ਜਿੱਤਣ ਦੀ ਲੋੜ ਨਹੀਂ ਪੈਂਦੀ ਹੈ ਦੁਨੀਆ ਆਪਣੇ ਆਪ ਹੀ ਕਦਮਾਂ ਤੇ ਚੁੱਕ ਜਾਂਦੀ ਸੋ ਇਹ ਪੌੜੀ ਦੇ ਵਿੱਚ ਜੋ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਆਓ ਉਹਨੂੰ ਪੱਲੇ ਬੰਨਈਏ ਸਮਝੀਏ ਤੇ ਸਮਝਾਈਏ ਖੁਸ਼ ਰਹੀਏ ਤੇ ਖੁਸ਼ ਰਹਿਣ ਲਈਏ ਕੁਝ ਐਸਾ ਦੁਨੀਆ 'ਚ ਕਰਕੇ ਜਾਈਏ ਕਿ ਦੁਨੀਆ ਮਰਨ ਤੋਂ ਬਾਅਦ ਵੀ ਸਾਨੂੰ ਜਿਉਂਦਿਆਂ ਰੱਖੇ ਭੁੱਲ ਚੁੱਕੀ ਖਿਮਾ ਜੀ ਪਰਵਾਨੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ